ਪੰਜਾਬ ਦੀਆਂ ਖੂਨੀ ਸੜਕਾਂ ਰੋਜ਼ਾਨਾ ਹੀ ਕੀਮਤੀ ਜਾਨਾਂ ਲੈ ਰਹੀਆਂ ਨੇ। ਤਾਜ਼ਾ ਘਟਨਾ ਵਾਪਰੀ ਨਾਭਾ ਬਲਾਕ ਦੇ ਪਿੰਡ ਦੁਲਦੀ ਵਿਖੇ, ਜਿੱਥੇ ਦੋ ਟਰੱਕ ਆਮਣੋ ਸਾਹਮਣੇ ਟਕਰਾ ਗਏ, ਜਿਸਦੀ ਚਪੇਟ ਵਿੱਚ ਮੋਟਰਸਾਈਕਲ ਸਵਾਰ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਟਰੱਕਾਂ ਦੇ ਪੜਖੱਚੇ ਉੱਡ ਗਏ ਅਤੇ ਟਰੱਕਾਂ ਦੇ ਡਰਾਈਵਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਇਹ ਹਾਦਸਾ ਬੈਲ ਗੱਡੀ ਨੂੰ ਬਚਾਉਂਦੇ ਹੋਏ ਵਾਪਰਿਆ। ਇਸ ਹਾਦਸੇ ਵਿੱਚ 6 ਵਿਅਕਤੀ ਫੱਟੜ ਹੋ ਗਏ, ਜਿਨ੍ਹਾਂ ਵਿੱਚੋਂ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਧਰ ਪੁਲਿਸ ਵੱਲੋਂ ਹਾਦਸੇ ਦਾ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਅਜੇ ਹਮਾਰੇ ਪਾਸ 6 ਬੰਦੇ ਆਏ ਹੈ, 3 ਤੋਂ ਬਹੁਤ ਸੀਰੀਅਸ ਹੈ ਔਰ 3 ਥੋੜ੍ਹੇ ਲੈਸ ਸੀਰੀਅਸ ਹੈ। ਤੋ ਹਮਨੇ 3 ਕੋ ਅਭੀ ਰਾਜਿੰਦਰਾ ਹਸਪਤਾਲ ਪਟਿਆਲਾ, 4 ਕੋ ਹਮ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰੇਂਗੇ। ਜੋ ਇੱਕ ਬਹੁਤ ਸੀਰੀਅਸ ਹੈ ਬੁੱਟਾ ਸਿੰਘ, ਉਸਕੇ ਤੋ ਪੂਰੇ ਪਾਓਂ ਪੂਰਾ ਹੀ ਕ੍ਰਸ਼ ਇੰਜਰੀ, ਪਾਓਂ ਮੇਂ ਵੀ ਹੈ, ਰਾਈਟ ਲੈਗ ਐਂਡ ਰਾਈਟ ਲੋਅਰ ਲਿਮ, ਰਾਈਟ ਅਪਰ ਲਿਮ ਮੇਂ ਕ੍ਰਸ਼ ਇੰਜਰੀ ਹੈ ਔਰ ਉਸਕੀ ਬੀਪੀ ਤੋ ਅਭੀ ਠੀਕ ਹੈ, ਬਟ ਹਮਨੇ ਤੁਰੰਤ ਉਸਕੋ ਰੈਫਰ ਕਰਨਾ ਪੜੇਗਾ। ਬਹੁਤ ਜੋ ਦੂਸਰੇ ਪੇਸ਼ੈਂਟ ਹੈ ਉਸਕੀ ਹੈਡ ਇੰਜਰੀ ਹੈ, ਸਵਰਨ ਸਿੰਘ ਹੈ, ਉਸਕੋ ਹੈਡ ਇੰਜਰੀ ਹੈ ਔਰ ਜੋ ਤੀਸਰਾ ਪੇਸ਼ੈਂਟ ਹੈ ਜਿਸਕੋ ਹਮ ਰੈਫਰ ਕਰ ਰਹੇ ਸੁਖਚੈਨ, ਉਸਕੇ ਹੱਥ ਮੇਂ ਫ੍ਰੈਕਚਰ ਹੈ ਔਰ ਕਾਫੀ ਲੈਸਰੇਸ਼ਨ ਹੈ। ਨਾਭਾ ਤੋਂ ਬ੍ਰਿਜ ਖੁਰਾਣਾ ਅਤੇ ਦੀਪਕ ਬਾਂਗਾ ਦੀ ਰਿਪੋਰਟ, ਚੈਨਲ 2।